بسم اللہ الرحمن الرحیم السلام علیکم دوستو کل پی ٹی آئی نے جلوس کڈیا ٹھیک ہے جی لگدا ہے ایسی کہ دوبارہیں لگیاں تے زمین کعب گئی ٹھیک ہے میں کسے جماعت دے نال کوئی خاص لگاؤ نہیں رکھتا جتھے جڑے دوست جتھے ہیں انہاں دے نال رال مل جائے دا ٹھیک ہے اپی تھوڑی جی تنقید کر لی دیے جے کوئی موقع لب جائے تے ٹھیک ہے جی ਤੇ ਗੱਲ ਕਰਨੇ ਵਾਲੀ ਐ ਸੀ ਕਿ ਪੀਟੀ ਆਈ ਦੀਆਂ ਗੱਲਾਂ ਤੇ ਸਾਰੀਆਂ ਕਦੀ ਯਾ ਕਾ ਨਾ ਬਦੋ ਵਿਆ ਕਾ ਨਸਤਾ ਇਨ ਪੜ ਦੇ ਨੇ ਕੱਲ ਕਾਸਮ ਸੂਰੀ ਸਾਹਿਬ ਨੇ ਜਿਹੜਾ ਕੰਮ ਵਿਖਾਇਆ ਹੁਣ ਬੰਦਾ ਕੀ ਕਹਿ ਸਕਦਾ ਹੈ ਇਹਦੇ ਬਾਰੇ ਚ ਹਾਂਜੀ ਮੈਂ ਤਾਂ ਕੋਈ ਐਡਾ ਹਾਂਜੀ ਤੇ ਕਾਸਮ ਸੂਰੀ ਸਾਹਿਬ ਅੱਗੇ ਅਪੀਲ ਹੈ ਜਿਸ ਵੇਲੇ ਮੈਂ ਉਹਨਾਂ ਦੀ ਅਸੈਂਬਲੀ ਦੇ ਵਿੱਚ ਜਿਸ ਵੇਲੇ ਉਹ ਬੋਲੇ ਸਨ ਨਾ ਯਕੀਨ ਕਰੋ ਦਿਲ ਕਰਦਾ ਸੀ ਇਹਨਾਂ ਦਾ ਜਾ ਕੇ ਮੱਥਾ ਚੁੰਮ ਲਓ ਠੀਕ ਐ ਇੰਨੀ ਅੱਛੇ ਬੋਲੇ ਇੰਨੀ ਬਿਹਤਰੀਨ ਬੋਲੇ ਤੇ ਕੱਲ ਜਿਹੜਾ ਉਹ ਟ੍ਰੈਂਡ ਚੱਲੇ ਆ ਜਨਾਬ ਕਿ ਮਜ਼ਬਦ ਦਾ ਕਾਰਡ ਹੈ ਮਜ਼ਬ ਨੂੰ ਕੀ ਕਹੇ ਟੱਚ ਵੀ ਕਰੋ ਅਗਰ ਇਹ ਗੱਲ ਸਹੀ ਹੈ ਮੈਂ ਐਸੇ ਖੁਦ ਜ਼ਾਤੀ ਤੌਰ ਤੇ ਸੁਣਿਆ ਨਹੀਂ ਲੇਕਿਨ ਮੀਡੀਆ ਪੂਰੇ ਦੇ ਉੱਤੇ ਚੱਲ ਗਿਆ ਵੇ ਤੇ ਜੇ ਇਹ ਗੱਲ ਸਹੀ ਹੈ ਤੇ ਮੇਰੇ ਖਿਆਲ ਨਾਲ ਤੇ ਡੁੱਬ ਮਰਨ ਦਾ ਹੀ ਮਕਾਮ ਹੈ ਹਾਂ ਜੀ ਅਸ ਪੀਟੀਆਈਆ ਵਾਲਿਆਂ ਵਾਤੇ ਨਹੀਂ ਜਿਹੜੇ ਸਾਡੇ ਜੀ ਤਨਕੀਦ ਕਰਦੇ ਨੇ ਉਹਨਾਂ ਵਾਤੇ ਛੱਡ ਦਿਓ ਕਿਉਂਕਿ ਪੀਟੀਆਈਆ ਜਿੱਦੇ ਮੈਂ ਕਹਾਂਗਾ ਤੇ ਮੈਨੂੰ ਗਾਲਾਂ ਛਾਲਾਂ ਕੱਢਣਗੇ ਜਾਂ ਦੂਜਿਆਂ ਨੂੰ ਨੂਨ ਲੀਕ ਵਾਲਿਆਂ ਨੂੰ ਜਾਂ ਤਰੀਜਿਆਂ ਨੂੰ ਜਾਂ ਪੀਡੀਐਮ ਕੰਪਲੀਟ ਨੂੰ ਕੋਈ ਗੱਲ ਕਹਾਂਗਾ ਗਾਲਾਂ ਕੱਢਣਗੇ ਕਿਹੜੀ ਲੋੜ ਇਹੋ ਜੀ ਗੱਲ ਕਰਨੇ ਦੀ ਤੇ ਮੈਂ ਕਹਿੰਨਾ ਭਾਈ ਜੀ ਸਾਡੇ ਵਾਤੇ ਸੁਣਨ ਵਾਲਿਆਂ ਵਾਤੇ ਜਿਹੜੇ ਕਿ ਮਾੜੀ ਚੰਗੀ ਤਨਕੀਦ ਕਰ ਲੈਂਦੇ ਨੇ ਇਹਨਾਂ ਵਾਤੇ ਤੇ ਅੱਲਾ ਦਾ ਵਾਸਤਾ ਜੇ ਤੁਹਾਡੇ ਮਗਰ ਬੰਦੇ ਟੁਰਦੇ ਪਏ ਨੇ ਬੰਦੇ ਤੁਹਾਨੂੰ ਬੜਾ ਚੰਗਾ ਸਮਝਦੇ ਪਏ ਨੇ ਠੀਕ ਏ ਤੁਹਾਡੀਆਂ ਕੁਝ ਗੱਲਾਂ ਤੂੰ ਬੱਲੇ ਬੱਲੇ ਹੋ ਗਈ ਏ ਤੇ ਅੱਲਾ ਦੇ ਉਹ ਬੰਦੇ ਉਹ ਇਹੋ ਜੀ ਗੱਲ ਨਾ ਕਰੋ ਕਿ ਬੰਦੇ ਜਿਹੜੇ ਕੋਈ ਸਾਡੇ ਜਿ ਵਿੱਚ ਨੇ ਉਹਨਾਂ ਦਾ ਵੀ ਕੋਈ ਦਿਲ ਸਾਬਤ ਰਹਿਣ ਦੇ ਉਹਨੂੰ ਨਾ ਤਰੋੜੋ ਠੀਕ ਏ ਅੱਜ ਬੜਿਆਂ ਦੋਸਤਾਂ ਨੂੰ ਮੇਰੇ ਬਹੁਤ ਜ਼ਿਆਦਾ ਦੋਸਤ ਰਿਸ਼ਤੇਦਾਰ ਖਾਸ ਤੌਰ ਤੇ ਰਿਸ਼ਤੇਦਾਰ ਫਿਰ ਦੋਸਤ ਸਾਰੇ ਨੂੰ ਲੀਕਦੇ ਨੇ ਠੀਕ ਏ ਜੀ ਤੇ ਹੁਣ ਦੱਸੋ ਅਸੀਂ ਜੇ ਗਾ ਕੇ ਉਹਨਾਂ ਅੱਗੇ ਗੱਲ ਖੈਰ ਅੱਗੇ ਵੀ ਉਹਨਾਂ ਦੇ ਨਾਲ ਨਹੀਂ ਕਰੀਦੀ ਤੇ ਹੁਣ ਜਿਹੜੀ ਹੈ ਹੁਣ ਗੱਲ ਕਰਨ ਜੋਗਾ ਤੁਸੀਂ ਛੱਡਿਆ ਹੀ ਨਹੀਂ ਉਹਨੇ ਦਾ ਕੀ ਜਵਾਬ ਅਸੀਂ ਉਹਨਾਂ ਨੂੰ ਦਈਏ ਕੋਈ ਸਮਝਾ ਸਕਦਾ ਮੈਨੂੰ ਕਿ ਮਸਜਬ ਦਾ ਕਾਰ ਮਸਜਬ ਨੂੰ ਨਹੀਂ ਟੱਚ ਕਰੋ ਜੀ ਐਦਾ ਕੋਈ ਜਵਾਬ ਮੇਰੇ ਕੋਲ ਤੇ ਅਜੇ ਤੱਕ ਨਹੀਂ ਬਣਿਆ ਕੱਲ ਦਾ ਕੱਲ ਦਾ ਤੇ ਖੈਰ ਨਹੀਂ ਅੱਜ ਸਵੇਰ ਮੈਨੂੰ ਦੋਸਤ ਨੇ ਫੋਨ ਕਰਕੇ ਹਾਜੀ ਸਾਹਿਬ ਨੇ ਉਹਨਾਂ ਕਿਹਾ ਜੀ ਐ ਜੀ ਕਾਸਮ ਸੂਰੀ ਸਾਹਿਬ ਨੇ ਕਿਹਾ ਤੇ ਮੈਂ ਤੇ ਉਸ ਵੇਲੇ ਦਾ ਸੋਚਣਾ ਪਿਆ ਵੀ ਮੈਂ ਹੁਣ ਕਹਿਣਾ ਕੀ ਤੇ ਉੱਥੇ ਬੋਲਣ ਜਗਾ ਹੀ ਨਹੀਂ ਛੜਿਆ ਉਹਨਾਂ ਤੇ ਮੈਨੂੰ ਤੇ ਦੋਸਤੋ ਜੇ ਕਿਸੇ ਭਰਾ ਨੂੰ ਕੋਈ ਗੱਲ ਚ ਮਾੜੀ ਚੰਗੀ ਲੱਗ ਗਈ ਹੋਵੇ ਤੇ ਪਹਿਲਾਂ ਹੀ ਮਾਫ਼ਰਤ ਕਰਨਾ ਵਾ ਠੀਕ ਹੈ ਜੀ ਤੇ ਵੈਸੇ ਕਿਸੇ ਬੰਦੇ ਕੋਲ ਇਸ ਗੱਲ ਦਾ ਕੋਈ ਸੋਲੂਸ਼ਨ ਹੋਇਆ ਤੇ ਮੈਨੂੰ ਲਾਜ਼ਮੀ ਦਸੀਓ ਕਮਜ਼ ਕਮ ਮੈਂ ਵੀ ਕਿਰੇ ਬੈਠਾ ਹਾਂ ਤੇ ਕੋਈ ਬੰਦਾ ਪੁੱਛ ਬੋਵੇ ਤੇ ਬੰਦਾ ਦੱਸਣ ਜੋਗਾ ਤੇ ਹੋਣਾ ਚਾਹੀਦਾ ਨਾਲ ਤੇ ਮੈਂ ਭਾਈ ਜਾਨ ਇਸ ਵਕਤ ਡੇਰੇ ਤੇ ਬੈਠੇ ਆਂ ਵੀਡੀਓ ਬਣਾ ਰਿਹਾ ਕੋਈ ਆਵਾਜ਼ ਵਾਹ ਬੜੀ ਸੋਹਣੀ ਏਸੀ ਹਾਰ ਦੀ ਚੱਲ ਰਹੀ ਏ ਠੰਡੀ ਠਾਰ ਹਾਂਜੀ ਤਾਜੀ ਵਾਹ ਵੀ ਨਾਲ ਖਾ ਰਿਹਾ ਤੇ ਸਾਰੇ ਦੋਸਤਾਂ ਨੂੰ ਮੈਂ ਦਾਵਤ ਦੇਣਾ ਜਿਹੜੇ ਕੋਈ ਆ ਸਕਦੇ ਨੇ ਲਿਆਂ ਦਾ ਲਿਆਂ ਦੀ ਗੱਲ ਨਹੀਂ ਹੋ ਰਹੀ ਜਿਹੜੇ ਕੋਈ ਆ ਸਕਦੇ ਨੇ ਜਨਾਬ ਫੋਨ ਕਰਕੇ ਮੇਰਾ ਫੋਨ ਨੰਬਰ ਇੱਥੇ ਮੌਜੂਦ ਹੈ ਆਓ ਡੇਰੇ ਤੇ ਬਿਸਮਿਲਲਾ ਚਾਹ ਪਾਣੀ ਮਿਲੇਗਾ ਖਾਣ ਪੀਣ ਨੂੰ ਵੀ ਇਨਸ਼ਾਅੱਲਾ ਕੋਈ ਮਾੜਾ ਚੰਗਾ ਕਰ ਲਾਂਗੇ ਤੇ ਦੋਸਤੋ ਆਪਣੀਆਂ ਦੁਆਵਾਂ ਚ ਯਾਦ ਰੱਖਿਓ ਤੇ ਜੇ ਕਿਸੇ ਭਰਾ ਕੋਲ ਪੀਟੀ ਆਈ ਦੀ ਜਾਂ ਕਿਸੇ ਵੀ ਭਰਾਏ ਕੋਲ ਕੋਈ ਸੋਲੂਸ਼ਨ ਹੋਇਆ ਤੇ ਲਾਜ਼ਮੀ ਦਸੀਓ ਅੱਲਾ ਤੁਹਾਡਾ ਭਲਾ ਕਰੇ ਅੱਲਾ پاک ਸਾਰਿਆਂ ਨੂੰ ਸੇਤ ਤੰਦਰੁਸਤੀ ਦੇ ਸਾਰਿਆਂ ਦੀ ਗੱਲ ਹੋ ਰਹੀ ਹੈ ਮਤੇ ਕਿਸੇ ਇਕੱਲੇ ਦੀ ਸਮਝ ਲੋ ਠੀਕ ਹੈ ਜੀ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਚੰਗੇ ਰਾਹ ਤੇ ਚੱਲਣ ਦੀ ਤੌਫੀਕ ਦੇ ਤੇ ਸਾਡੇ ਮੁਲਕ ਪਾਕਿਸਤਾਨ ਨੂੰ ਕਾਇਮੋ ਦائم ਰੱਖੇ ਅੱਲਾ ਪਾਕ ਯਾਸੀਨ ਮਲਕ ਸਾਹਿਬ ਨੂੰ ਵੀ ਸੇ ਤੰਦਰੁਸਤੀ ਦੇ ਔਰ ਉਹਨਾਂ ਉਹਨਾਂ ਦੀਆਂ ਉਹਨਾਂ ਵਾਤੇ ਸਾਨੀਆਂ ਫਰਮਾਏ ਆਮੀਨ ਆਮੀਨ ਓਕੇ ਦੋਸਤੋ ਅੱਲਾ ਹਫਿਜ਼